ਮੈਂ ਸੰਗਤਾਂ ਦੇ ਚਰਨਾਂ ਵਿੱਚ ਇੱਕ ਤੋਂ ਬੇਨਤੀਆਂ ਕਰਨੀਆਂ ਸੀ ਤੇ ਕੱਲ ਇੱਕ ਮੈਂ ਵੀਡੀਓ ਸੁਣ ਰਿਹਾ ਸੀਗਾ ਅੱਜ ਕੱਲ ਕਿਤੇ ਸਨੀ ਢਿੱਲੋਂ ਹੈ ਕੋਈ ਅਕਾਲੀ ਦਲ ਦਾ ਗਿੱਦੜ ਬਹੇ ਤੋਂ ਉਹ ਬੋਲ ਰਿਹਾ ਸੀਗਾ ਹੈ ਨਾ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਰਿਵਾਰ ਬਾਰੇ ਤੇ ਇੱਕ ਤਾਂ ਹੈ ਨਾ ਮੈਂ ਜੋ ਸੁਣਿਆ ਤੇ ਮੈਨੂੰ ਹਾਸਾ ਵੀ ਆਇਆ ਤੇ ਤਰਸ ਵੀ ਆਇਆ ਕਿ ਇਹ ਕਿੰਨੇ ਖੋਖਲੇ ਬੰਦੇ ਨੇ ਜਿਨ੍ਹਾਂ ਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ ਹੈ ਨਾ ਆਪਣੇ ਇਤਿਹਾਸ ਤੋਂ ਜੋ ਗੱਲ 1999 'ਚ ਹੋਈ ਹੈ ਨਾ 35 ਸਾਲ ਪਹਿਲਾਂ ਇਹੀ ਨਹੀਂ ਇਹਨਾਂ ਨੂੰ ਪਤਾ ਮਤਲਬ ਕਿ ਹੈ ਨਾ ਇਹ ਅਕਾਲੀ ਕਿੱਥੋਂ ਕਹਾਉਂਦੇ ਨੇ ਆਪਣੇ ਆਪ ਨੂੰ ਜੋ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ 35 ਸਾਲ ਪੁਰਾਣਾ ਇਤਿਹਾਸ ਨਹੀਂ ਪਤਾ ਤੇ ਇਸ ਤੋਂ ਉਮੀਦ ਕੀ ਰੱਖ ਸਕਦੇ ਆ ਹੈ ਨਾ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਬਾਪੂ ਸੁੱਚਾ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਟਿਕਟ ਦੇ ਕੇ MP ਬਣਾਇਆ। ਪਹਿਲੀ ਗੱਲ ਤਾਂ ਅਕਾਲੀ ਦਲ ਬਾਦਲ ਨੇ ਕਦੀ ਵੀ ਸਾਡੀ ਮਾਤਾ ਜੀ ਨੂੰ ਟਿਕਟ ਨਹੀਂ ਦਿੱਤੀ ਨਾ ਬਾਪੂ ਸੁੱਚਾ ਸਿੰਘ ਨੂੰ ਤੇ ਇਹ ਅਕਾਲੀ ਦਲ ਵਾਲੇ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਜੋ ਵੀ ਬੀਬਾ ਹਰਸਿਮਰਤ ਕੌਰ ਇਹਨਾਂ ਤੋਂ ਪੁਰਾਣੇ ਇਹ ਅੱਜ ਤੱਕ ਕਦੀ ਵੀ ਸ਼ਹੀਦ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਦੀ ਬਰਸੀ ਤੇ ਕਦੀ ਨਹੀਂ ਆਏ ਹੈ ਨਾ ਖਾਸ ਕਰ ਭਾਈ ਬੇਅੰਤ ਸਿੰਘ ਦੀ ਬਰਸੀ ਦਾ ਤਾਂ ਇਹ ਕਦੀ ਵੀ ਨਹੀਂ ਆਏ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਕਿਉਂਕਿ ਇਹ ਦਿੱਲੀ ਦੇ ਨਾਲ ਮਿਲੇ ਹੋਏ ਨੇ ਤੇ ਇਹਨਾਂ ਨੇ ਕਿਹਾ ਕਿ ਬਾਪੂ ਸੁੱਚਾ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ 5 ਸਾਲ MP ਰਹੇ ਤੇ ਸੁੱਚੇ ਮੂੰਹ ਮੁੜਿਆ ਏ। ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੂੰਗਾ ਉਹ ਸਰਕਾਰ 5 ਸਾਲ ਚੱਲੀ ਨਹੀਂ ਸੀ, 99 ਵਿੱਚ MP ਬਣੇ ਸੀ ਅਤੇ 91 ਵਿੱਚ ਸਰਕਾਰ ਗਿਰ ਗਈ ਸੀ, 1.25 ਸਾਲ 'ਚ ਸਰਕਾਰ ਗਿਰ ਗਈ ਸੀ ਉਹ, ਇਸ ਲਈ ਉਹ 5 ਸਾਲ MP ਨਹੀਂ ਰਹੇ, 1.25 ਸਾਲ MP ਰਹੇ ਸੀ। ਠੀਕ ਹੈ, ਇਹੀ ਨਹੀਂ ਇਹਨਾਂ ਨੂੰ ਪਤਾ। ਠੀਕ ਹੈ, ਅਤੇ ਉਹ ਕਹਿੰਦੇ ਸੁੱਚੇ ਮੂੰਹ ਮੁੜਿਆ ਏ ਅਤੇ ਮੈਂ ਇਹਨੂੰ ਦੱਸਣਾ ਚਾਹੂੰਗਾ ਕਿ ਬੀਬੀ ਬਿਮਲ ਕੌਰ ਖਾਲਸਾ ਨੇ ਪਾਰਲੀਮੈਂਟ 'ਚ ਖੜ ਕੇ ਰਾਜੀਵ ਗਾਂਧੀ ਨੂੰ ਕਿਹਾ ਸੀਗਾ, ਜਿਹੜਾ ਮੈਂ ਪਹਿਲਾਂ ਦੁਹਰਾ ਚੁੱਕਾ ਹੋਰ ਵੀ ਇੱਕ ਦੋ ਥਾਂ 'ਤੇ, ਕਿ ਇਹਨੂੰ ਫਾਂਸੀ ਲਾਈ ਜਾਵੇ, ਇਹ ਮੇਨ ਅਕਿਊਜ਼ਡ ਹੈ, ਕਲਪਰੇਟ ਹੈ, ਮਾਸਟਰ ਮਾਇੰਡ ਹੈ 1984 ਵਿੱਚ ਜਿੱਥੇ ਜੈਨੋਸਾਈਡ ਹੋਇਆ ਸਿੱਖਾਂ ਦਾ, ਇਹਦੇ ਹਦਾਇਤਾਂ 'ਤੇ ਹੋਇਆ ਅਤੇ ਅੱਜ ਵੀ ਉਸ ਸਮੇਂ 1999 ਜਿਹੜਾ ਵੀ ਨੌਜਵਾਨਾਂ ਦਾ ਖੂਨ ਡੁੱਲ ਰਿਹਾ ਸੀ ਪੰਜਾਬ 'ਚ, ਇਹ ਰਾਜੀਵ ਗਾਂਧੀ ਦੇ ਇੰਸਟਰਕਸ਼ਨਸ 'ਤੇ ਹੋ ਰਿਹਾ ਸੀ, ਇਹ ਕਿਹਾ। ਅਤੇ ਇਹਨਾਂ ਤੋਂ ਪੁੱਛੋ ਤੁਹਾਡੀ ਹਿੰਮਤ ਹੈ ਤੁਸੀਂ ਗਾਂਧੀ ਪਰਿਵਾਰ ਬਾਰੇ ਕੁਛ ਬੋਲ ਦਿਓ, ਹੈ ਨਾ ਤੁਹਾਡੀ ਹੈ ਨਾ ਕੋਈ। ਅਤੇ ਇਹ ਅਕਾਲੀ ਦਲ ਵਾਲੇ ਆਖਰੀ ਅਕਾਲੀ ਦਲ ਸੱਚਾ ਮੈਂ ਕਹਿੰਦਾ ਆਖਰੀ ਅਕਾਲੀ ਦਲ ਸੱਚਾ ਲੀਡਰ ਸੀ ਗੁਰਚਰਨ ਸਿੰਘ ਟੌੜਾ, ਜਿਹੜਾ ਕੋਈ ਅਕਾਲੀ ਸੀਗਾ। ਇਹਨਾਂ ਦੇ ਨਾਮ ਦੇਖ ਲਓ, ਸਨੀ ਢਿੱਲੋਂ, ਬੰਟੀ, ਹੋਰ ਪਤਾ ਨਹੀਂ ਕੀ, ਬੰਟੀ ਸ਼ੰਟੀ, ਕਿਹੋ ਜਿਹੇ ਨਾਮ ਹੈ, ਸਿੰਘ ਤਾਂ ਲਾਉਂਦੇ ਨਹੀਂ ਹੈ ਆਪਣੇ ਆਪ 'ਚ, ਹੈ ਨਾ। ਅਤੇ ਦੂਜੀ ਗੱਲ, ਇਹਨਾਂ ਨੂੰ ਕਿਹਾ ਇਹਨਾਂ ਦਾ ਪਿੰਡ ਮਲੋਆ ਹੈ ਜੋ ਫਤਿਹਗੜ੍ਹ ਸਾਹਿਬ 'ਚ, ਹੈ ਨਾ। ਪਹਿਲੀ ਕਿਸੇ ਉਹ ਚੰਡੀਗੜ੍ਹ 'ਚ ਆ ਭਾਈ ਸਾਹਿਬ, ਪਹਿਲਾਂ ਪਤਾ ਤਾਂ ਕਰ ਲਓ ਕਿੱਥੇ ਆ ਉਹ ਚੰਡੀਗੜ੍ਹ 'ਚ, ਠੀਕ ਹੈ। ਅਤੇ ਅਸੀਂ ਹਾਂ ਪੰਜਾਬ ਤੋਂ ਜਿੱਥੋਂ ਮਰਜ਼ੀ ਲੜੀਏ, ਅਸੀਂ ਫਤਿਹਗੜ੍ਹ ਸਾਹਿਬ ਤੋਂ ਲੜੀਏ, ਫਰੀਦਕੋਟ ਤੋਂ ਲੜੀਏ, ਕਿਤੋਂ ਲੜੀਏ, ਹੈ ਨਾ, ਸਾਡੀ ਮਰਜ਼ੀ, ਪਰਿਵਾਰ ਦੀ ਮਰਜ਼ੀ, ਜੋ ਸੰਗਤਾਂ ਨੇ ਉੱਥੇ ਕਬੂਲ ਲਿਆ ਫਰੀਦਕੋਟ ਸਰਬਜੀਤ ਨੂੰ, ਅਤੇ ਹੈ ਨਾ, ਅਤੇ ਤੁਸੀਂ ਕੌਣ ਹੁੰਦੇ ਹੋ ਬੋਲਣ ਵਾਲੇ, ਸਾਨੂੰ ਦੱਸਣ ਵਾਲੇ ਕਿ ਕਿੱਥੋਂ ਲੜਿਆ ਜਾਵੇ, ਕਿੱਥੋਂ ਨਹੀਂ ਲੜਿਆ ਜਾਵੇ। ਅਸੀਂ ਜਿੱਥੋਂ ਮਰਜ਼ੀ ਲੜੀਏ, ਅਕਾਲੀ ਦਲ ਬਾਦਲ ਨੇ ਤਾਂ ਸਾਡਾ ਵਿਰੋਧ ਹੀ ਕਰਨਾ ਹੈ ਨਾ। ਤੁਸੀਂ ਦਿੱਲੀ ਨੂੰ ਖੁਸ਼ ਕਰਨ ਲਈ, ਸਿਰਫ ਤੇ ਸਿਰਫ ਦਿੱਲੀ ਨੂੰ ਖੁਸ਼ ਕਰਨ ਲਈ ਤੁਸੀਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਰਿਵਾਰ ਦਾ ਵਿਰੋਧ ਕਰਦੇ ਹੋ। ਤੇ ਇਸ ਲਈ ਮੈਂ ਸਨੀ ਢਿੱਲੋਂ ਜੀ ਨੂੰ ਕਹਿਣਾ ਚਾਹੂੰਗਾ, ਜੋ ਤੁਸੀਂ ਅਗਲੀ ਵਾਰੀ ਬੋਲੋਗੇ ਨਾ, ਤੇ ਪਲੀਜ਼ ਆਪਣੇ ਫੈਕਟਸ ਸਹੀ ਕਰ ਲਿਓ, ਜਾਂ ਤੁਹਾਨੂੰ ਫੈਕਟਸ ਪਤਾ ਨੇ ਤੇ ਜਾਣ ਕੇ ਝੂਠ ਨਾ ਬੋਲੋ। ਜੇ ਕੋਈ ਵਿਰੋਧ ਕਰਨਾ ਨਾ, ਕਿਸੇ ਗੱਲ ਤੇ ਕਰੋ, ਕੋਈ ਲੌਜਿਕ ਤੇ ਕਰੋ, ਕੋਈ ਦਲੀਲ ਤੇ ਕਰੋ ਕਿ ਹਾਂਜੀ ਇਹ ਇਹਨਾਂ 'ਚ
ਇੱਕ ਇਹ ਇਹਨਾਂ 'ਚ ਕਮੀ ਆ ਜਾਂ ਇਹ ਹੈ, ਜੋ ਵੀ ਤੁਸੀਂ ਕਹੋਗੇ ਅਸੀਂ ਸੁਣਾਂਗੇ ਅਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸਹੀ ਕਰੀਏ, ਮਗਰ ਘੱਟ ਘੱਟ ਵਿਰੋਧ ਤਾਂ ਤੁਸੀਂ ਦਲੀਲ 'ਤੇ ਕਰੋ ਨਾ, ਐ ਝੂਠ ਨਾ ਬੋਲੋ ਤੁਹਾਡੇ, ਹੈ ਨਾ। ਅਤੇ ਦੂਜੀ ਗੱਲ ਹੈ ਨਾ, ਇਹ ਲੀਡਰ ਨਹੀਂ ਹੈ, ਇਹ ਬਿਜ਼ਨਸਮੈਨ ਨੇ ਬੰਦੇ, ਇਹ ਸਾਰੇ ਹੀ ਬਿਜ਼ਨਸਮੈਨ ਨੇ, ਬੰਟੀ ਸ਼ੰਟੀ ਯੇ ਵੋ ਸਨੀ ਮਨੀ ਜੋ ਵੀ ਹੈ, ਸਾਰੇ ਬਿਜ਼ਨਸਮੈਨ ਨੇ, ਅਕਾਲੀ ਇਹ ਲੀਡਰ ਨਹੀਂ ਹੈਗੇ, ਪੋਲੀਟੀਕਲ ਲੀਡਰ ਨਹੀਂ ਹੈ, ਸਿਰਫ ਬਿਜ਼ਨਸਮੈਨ ਨੇ ਜੋ ਕਿ ਸਿਰਫ ਪੈਸੇ ਦੇ ਜ਼ੋਰ 'ਤੇ ਜਿੱਤਦੇ ਨੇ। ਉਹਨਾਂ ਬਸ ਇੰਨੀ ਕੁ ਬੇਨਤੀਆਂ ਕਰਨੀਆਂ ਸੀ ਤਾਂ ਕਿ ਸਾਧ ਸੰਗਤ ਨੂੰ ਪੂਰੀ ਹਕੀਕਤ ਦਾ ਪਤਾ ਲੱਗੇ। ਹਾਂਜੀ ਠੀਕ ਹੈ ਜੀ, ਬਾਕੀ ਇੰਨੀ ਬੇਨਤੀ ਕਰਨੀ ਸੀ, ਵਾਧਾ ਘਾਟਾ ਕਿਸੇ ਨੂੰ ਕਿਹਾ ਹੋਵੇ ਤਾਂ ਕਹਿ ਗਿਆ ਹੋਵਾਂ ਤਾਂ ਮਾਫ਼ ਕਰਿਓ।